50,000 ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥੀ ਗ੍ਰਿਫਤਾਰ। ਜ਼ਮੀਨ ਦੀ ਰਿਪੋਰਟ ਦੇ ਬਦਲੇ ਮੰਗ ਰਿਹਾ ਸੀ 2 ਲੱਖ ਦੀ ਰਿਸ਼ਵਤ। ਤਾਂ ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਤਹਿਸੀਲਦਾਰ ਨੂੰ 50,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ, ਜਿੱਥੇ ਇਸ ਦੇ ਵੱਲੋਂ ਪਰਿਵਾਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਤਾਂ ਪਰਿਵਾਰ ਪਿਛਲੇ 4 ਮਹੀਨਿਆਂ ਤੋਂ ਖੱਜਲ ਖੁਆਰ ਹੋ ਰਿਹਾ ਸੀ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਵਿਜੀਲੈਂਸ ਦੀ ਟੀਮ ਨੂੰ ਸ਼ਿਕਾਇਤ ਕੀਤੀ ਗਈ। ਤਾਂ ਵਿਜੀਲੈਂਸ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ ਅਤੇ ਇਸ ਨੂੰ ਰੰਗੇ ਹੱਥੀ ਕਾਬੂ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਸਮੇਤ ਉਸਦੇ 2 ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ, ਜਿੱਥੇ ਕਿ ਇਹਨਾਂ ਦੇ ਵੱਲੋਂ 50,000 ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ। ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਨੇ ਦੱਸਿਆ ਕਿ ਤਹਿਸੀਲਦਾਰ ਲਖਵਿੰਦਰ ਸਿੰਘ ਦੇ ਵੱਲੋਂ ਉਹਨਾਂ ਦੀ ਜ਼ਮੀਨ ਦੀ ਰਿਪੋਰਟ ਕਰਨ ਦੇ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਤਾਂ ਉਹਨਾਂ ਨੂੰ ਪਿਛਲੇ 5 ਮਹੀਨਿਆਂ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਸੀ। ਇਸੇ ਕਾਰਨ ਉਹਨਾਂ ਦੇ ਵੱਲੋਂ ਥੱਕ ਹਾਰ ਕੇ ਵਿਜੀਲੈਂਸ ਵਿਭਾਗ ਗੁਰਦਾਸਪੁਰ ਨੂੰ ਸ਼ਿਕਾਇਤ ਕੀਤੀ ਗਈ। ਤਾਂ ਅੱਜ ਰਿਸ਼ਵਤ ਦੀ ਪਹਿਲੀ ਕਿਸ਼ਤ 50,000 ਰੁਪਏ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤੀ। ਤਾਂ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ ਅਤੇ ਲਖਵਿੰਦਰ ਸਿੰਘ ਸਮੇਤ ਇਸਦੇ 2 ਸਹਾਇਕ ਸਾਥੀਆਂ ਨੂੰ ਵੀ ਰੰਗੇ ਹੱਥੀ ਕਾਬੂ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਰਿਸ਼ਵਤਖੋਰੀ ਦੇ ਖਿਲਾਫ਼ ਮੁਹਿੰਮ ਛੇੜੀ ਗਈ ਹੈ, ਜਿੱਥੇ ਕਿ ਵੱਡੇ ਵੱਡੇ ਅਫਸਰ ਰੰਗੇ ਹੱਥੀ ਕਾਬੂ ਹੋ ਰਿਹਾ। ਤਾਂ ਹੁਣ ਤਹਿਸੀਲਦਾਰ ਨੂੰ ਕਾਬੂ ਕੀਤਾ ਗਿਆ, ਜਿੱਥੇ ਕਿ ਇਸਦੇ ਵੱਲੋਂ ਪਰਿਵਾਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਤਾਂ ਪਰਿਵਾਰ 50,000 ਦੀ ਰਿਸ਼ਵਤ ਦੇ ਪਹੁੰਚਿਆ ਸੀ। ਤਾਂ ਮੌਕੇ 'ਤੇ ਹੀ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਅਤੇ ਤਹਿਸੀਲਦਾਰ ਸਮੇਤ ਇਸਦੇ 2 ਸਹਾਇਕ ਸਾਥੀਆਂ ਨੂੰ ਵੀ ਕਾਬੂ ਕੀਤਾ ਜਾਂਦਾ ਹੈ। ਸੁਖਦੇਵ ਸਿੰਘ ਸੋਈ, ਪਿੰਡ ਮਨਸੂਰ, ਹਾਲ ਹਰਦਾਸ, ਸਾਡੀ ਰਹਿਸ਼। ਹਾਂਜੀ, ਸਾਡੀ ਇੱਕ ਸ਼ਿਕਾਇਤ ਜੀ ਚੱਲਦੀ ਸੀ 4 ਮਹੀਨੇ ਦੀ, ਉਹਦੇ 'ਚ ਸਾਡੇ ਰਿਪੋਰਟ ਕਰਨ ਵਾਸਤੇ ਪੈਸੇ ਮੰਗਦਾ ਸੀਗਾ। ਇਨਕੁਆਇਰੀ ਦੀ ਰਿਪੋਰਟ ਕਰਨ ਲਈ ਕਿੰਨੇ ਪੈਸੇ ਮੰਗਦੇ? 2 ਲੱਖ ਮੰਗਦਾ, 2 ਸੀ ਅਜੇ, 50 ਦਿੱਤਾ, 50 ਲੱਖ। ਕੌਣ ਮੰਗਦਾ ਸੀ? ਤਹਿਸੀਲਦਾਰ। ਕੀ ਨਾਮ ਇਹਦਾ? ਲਖਵਿੰਦਰ। ਲਖਵਿੰਦਰ ਸਿੰਘ ਨਾਲ ਹੋਰ ਕਿੰਨੇ ਅਕਿਊਜ਼ ਨੇ? ਦੋ ਤੇ ਵਿਜੀਲੈਂਸ ਨੇ ਕੀਤੀ? ਹਾਂਜੀ ਹਾਂਜੀ, ਪਹਿਲਾਂ ਕਦੀ ਤੁਸੀਂ? ਬੜੀ ਵਾਰੀ ਦਿੱਤੇ ਆ। ਅੱਛਾ, ਤੇ ਹੁਣ ਕਿੱਦਾਂ ਫਿਰ ਅੱਜ ਕਿੱਦਾਂ ਟਰੈਪ ਕੀਤਾ? ਅੱਜ ਫਿਰ ਅਸੀਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ। ਅੱਛਾ ਜੀ, ਉਹਨਾਂ ਨੇ ਜਾਲ ਵਿਛਾ ਕੇ ਪੈਸੇ ਫੜ ਲਿਆ। ਗੁਰਦਾਸਪੁਰ। ਧੰਨਵਾਦ।